स्वागत है किसान वीरो तुहाडा सिद्धक डेयरी फार्मिंग दे विच। किसान वीरो अज जिहड़ी वीडियो बना रहे हैं पिंड कोठे हजूरा सिंह वाले कोटली पिंड दे दोस्तों ये कोठे है ते नाल ही इन्हां दे पिंड जिहड़ा कोटली दे नाल अबलू रह जांदा है श्री मुक्तसर साहब जिला। कोटली तो धूड़कोट नूं जाणा होवे तां रोड दे उत्ते पहले कोठे आउंदे आ कोठे हजूरा सिंह वाले जिहड़े घर चों वीडियो बना रहे हैं दोस्तों। अज तुहानूं एक सोहनी झोटी की वीडियो बना के दिखा रहे हैं विकाऊ है पशु इस घर दे विच हजे जिहड़े तुसीं देखोगे थोड़े ही आ मझां दी जे गल करदे आ। वैसे बाई दा एक गावां दा लार्ज फार्म भी है कदे सबब बनिया तो जरूर वो वीडियो थोनों दिखावे सोहना शैड जिहड़ा वो सैटअप वीर ने तैयार किया। सो वीडियो एंड तक जरूर देखो दोस्तों ये झोटी विकाऊ है पहला सूआ इन्हें सुना है आओ ये बारे बाई ने गलबात करते हैं। सत श्रीकाल बाई जी। नाम एक बार दस्सो जी। बाई मंगा सिंह नाम है मेरा। ठीक है। अच्छा वीर ਮੱਝਾਂ ਤਾਂ ਘਰੇ ਹੁਣ ਤਾਂ ਤਿੰਨ ਹੀ ਨਾਗ ਆਪਣੇ ਕੋਲ ਹਨਾ। ਅੱਛਾ ਗਾਵਾਂ ਚ ਕਿੰਨੇ ਕੁ ਨਾਗ ਹੈ? ਗਾਵਾਂ ਕੋਲ 50 ਕੁ ਨਾਗ ਹੈਗੇ ਜੀ ਗਾਵਾਂ ਦੇ। 50 ਹਾਂਜੀ। ਠੀਕ ਹੈ। ਪਹਿਲਾਂ ਵੱਧ ਹੁੰਦੇ ਸੀਗੇ? ਪਹਿਲਾਂ 80-85 ਨਾਗ ਸੀਗੇ ਜੀ। 80-85 ਨਾਗ ਸੀਗੇ। ਠੀਕ ਹੈ। ਅੱਛਾ ਜਿਹੜੀ ਅੱਜ ਇਹ ਝੋਟੀ ਵਿਕਾਊ ਕੀਤੀ ਹੈ ਬਾਈ ਕਿੰਨਵਾਂ ਸੂਆ ਸੁਣਦੀ ਹੈ? ਇਹ ਪਹਿਲਾ ਸੂਆ ਜੀ। ਦੰਦੋ ਕਿਵੇਂ ਬਾਈ ਇਹ? ਦੰਦੋ ਚੌਕੀ ਹੈ ਜੀ। 4 ਦੰਦ ਹੈ। ਕਿੰਨੇ ਦਿਨ ਲਊਗੀ ਸੂਣ ਚ? ਇਹ 5-6 ਦਿਨ ਲੈ ਜੂਗੀ। ਠੀਕ ਹੈ। ਇਹਦੇ ਸੀਮਨ ਕਿਹੜਾ ਲੱਗਾ? ਸੀਮਨ ਅਲਬਖਸ਼ ਦਾ ਲੱਗਿਆ ਜੀ। ਅਲਬਖਸ਼ ਦਾ ਲੱਗਾ। ਠੀਕ ਹੈ। ਰੇਟ ਇਹਦਾ ਕੀ ਰੱਖਿਆ ਬਾਈ? ਰੇਟ 1,20,000 ਹੈ ਜੀ। 1,20,000। ਦੋਸਤੋ 4 ਦੰਦ ਝੋਟੀ ਸੁਨੱਖੀ ਹੱਦੋਂ ਵੱਧ ਹੈ। ਕੁੰਡੇ ਸਿੰਘ ਹੈ ਬਹੁਤ ਸੋਹਣੀ ਅੱਖ ਠੰਡੀ ਅੱਖ ਜਿਹੜੀ ਆਪਾਂ ਨੀਲੀ ਰਾਵੀ ਚ ਮੰਨਦੇ ਹਾਂ। ਅਲਬਖਸ਼ ਝੋਟੇ ਤੋਂ ਗੱਭਣ ਕੱਦ ਕਾਠ ਬਹੁਤ ਹੈ। 1,20,000 ਡਿਮਾਂਡ ਹੈ। ਥਣ ਦਾ ਸਾਈਜ਼ ਤੁਹਾਨੂੰ ਦਿਖਾਊਂਗਾ ਨੇੜੇ ਤੋਂ ਬਹੁਤ ਸੋਹਣਾ ਵਿੱਥੀ ਫੁੱਲ ਹੈ। ਹਵਾਨਾ HF ਗਾਵਾਂ ਵਾਲਾ ਸੋ ਵੱਡਾ ਹਵਾਨਾ ਬਣਾ ਕੇ ਸੂਗੀ ਕਰਮ ਵਾਲੀ ਚਾਰੇ ਪੈਰਾਂ 'ਤੇ ਵਾਈਟ ਨਿਸ਼ਾਨ ਹੈ। ਪੂਛ ਵੀ ਜ਼ਿਆਦਾ ਚਿੱਟੀ ਹੈ ਤੁਹਾਡੇ ਸਾਹਮਣੇ ਹੈ। ਜਦੋਂ ਤੁਰਦੀ ਹੈ ਉਦੋਂ ਹਵਾਨੇ ਦਾ ਸਹੀ ਆਈਡੀਆ ਹੁੰਦਾ ਦੋਸਤੋ ਚੜਾਈ ਹਵਾਨੇ ਦੀ। ਹਜੇ ਦਿਨ ਲੈਂਦੀ ਹੈ ਝੋਟੀ ਜਿਵੇਂ ਜਿਵੇਂ ਤਿਆਰ ਹੋਊਗੀ ਉਵੇਂ ਉਵੇਂ ਹਵਾਨਾ ਭਰਦੀ ਜਾਊਗੀ। ਸੋ ਦੋਸਤੋ ਸੋਹਣੀ ਝੋਟੀ 1,20,000 ਡਿਮਾਂਡ ਕੀਤੀ ਹੈ ਬਾਈ ਨੇ। ਹਵਾਨਾ ਤੁਸੀਂ ਦੇਖ ਲਓ ਤੁਹਾਨੂੰ ਪਸੰਦ ਆਊਗੀ। ਵੱਡਾ ਹਵਾਨਾ ਬਣਾ ਕੇ ਸੂਊਗੀ। ਏਡੇ ਕੁ ਹਵਾਨੇ 'ਤੇ ਸੁਣਦੀ ਨਹੀਂ ਹਜੇ ਦਿਨ ਇਹਦੇ ਪਏ ਹੈ। ਸੋ ਧੰਨਵਾਦ ਜਿਨ੍ਹਾਂ ਵੀਰਾਂ ਨੇ ਵੀਡੀਓ ਨੂੰ ਦੇਖਿਆ। ਥਣ ਜੇ ਤੁਹਾਨੂੰ ਮੈਂ ਦਿਖਾਵਾਂ ਦੋਸਤੋ ਤਾਂ ਸਾਈਜ਼ ਮੈਂ ਪਹਿਲਾਂ ਹੀ ਦੱਸਤਾ ਸੀ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖ ਰਹੀ ਹੈ। ਅਗਾੜੀ ਵੀ ਉਮੀਦ ਹੈ ਵੀ ਜਿਹੜਾ ਉਹ ਚੰਗੀ ਬਣਾ ਜੂ ਹਜੇ ਟਾਈਮ ਪਿਆ। ਅਤੇ ਥਣ ਦਾ ਸਾਈਜ਼ ਪਿਛਲਾ ਤਾਂ ਮੱਝ ਦਾ ਜਿਹੜਾ ਉਹ ਸੋਹਣਾ ਹੋ ਹੀ ਜਾਂਦਾ ਹੁੰਦਾ। ਸਪੇਸ ਵੀ ਥਣਾਂ ਦੇ ਵਿੱਚ ਕਾਫੀ ਦਿਸਦੀ ਹੈ। ਪਰਲਾ ਤੁਸੀਂ ਮੂਹਰਲਾ ਥਣ ਦੇਖੋਗੇ ਤਾਂ ਲਗਭਗ ਫੁੱਟ ਕਾਂਗੂ ਵਿੱਥੀ ਜਿਹੜੀ ਇੱਥੋਂ ਮਹਿਸੂਸ ਹੁੰਦੀ ਹੈ ਆਰਾਮ ਦੇ ਨਾਲ। ਸੋ ਬਾਡੀ ਬਣਤਰ ਵੀ ਚੰਗੀ, ਅੱਖ ਅਤੇ ਮੂੰਹ ਮੱਥਾ ਬਹੁਤ ਸੋਹਣਾ। ਹੋਰ ਤੋਰ ਦਈਏ ਦੱਸੋ ਥੋੜ੍ਹੀ ਜਿਹੀ ਤੁਹਾਨੂੰ ਆਈਡੀਆ ਕਲੀਅਰ ਹੋ ਜੇ। ਚੰਗੀ ਮੱਝ ਹੈ ਜਿਹੜਾ ਵੀਰ ਖਰੀਦਣੀ ਚਾਹੁੰਦਾ। ਬੱਚੇ ਨੀਲੀ ਰਾਵੀ 'ਚ ਹੀ ਦੇਊਗੀ। ਸੀਮਨ ਤੁਸੀਂ ਨੀਲੀ ਰਾਵੀ ਦਾ ਲਵਾਉਂਦੇ ਰਹੋ ਜਿਵੇਂ ਵੀਰ ਨੇ ਅਲਬਖਸ਼ ਦਾ ਲਵਾਇਆ, ਇਸੇ ਤਰ੍ਹਾਂ ਜਿਹੜਾ ਉਹ ਸੀਮਨ ਉਹ ਨੀਲੀ ਰਾਵੀ ਦਾ ਹੀ ਲਵਾਉਂਦੇ ਰਹੋ। ਬੱਚੇ ਨੀਲੀ ਰਾਵੀ 'ਚ ਹੀ ਪਾਊਗੀ। ਇੱਧਰ ਬਾਹਰ ਨੂੰ ਤੋਰ ਦੇ ਵੀਰੇ ਧੁੱਪ ਜੀ ਥੋੜ੍ਹੀ ਜੀ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ। ਵਾਰ ਵਾਰ ਤੋਰ ਕੇ ਜਾਂ ਜ਼ਿਆਦਾ ਤੋਰ ਕੇ ਦਿਖਾਉਣ ਦੇ ਪਿੱਛੇ ਮਕਸਦ ਇੱਕ ਹੀ ਆ ਵੀ ਜੇ ਕੋਈ ਦੂਰ ਤੋਂ ਵੀਡੀਓ ਦੇਖ ਰਿਹਾ ਉਹਨੂੰ ਇਹਦੇ ਢਾਂਚੇ ਦੀ ਫੁੱਲ ਪਰਖ ਹੋ ਜਾਣੀ ਚਾਹੀਦੀ ਹੈ ਤਾਂ ਕਿ ਖਰੀਦਣਾ ਉਹ ਤਾਂ ਜਿੱਦਾਂ ਦੀ ਤੁਸੀਂ ਦੇਖ ਰਹੇ ਹੋ ਉੱਦਾਂ ਦੀ ਤੁਹਾਨੂੰ ਆਇਆਂ ਤੋਂ ਨਜ਼ਰ ਆਵੇ। ਮਿਹਰਬਾਨੀ ਦੱਸੋ।